ਅਸਲਾਮੁਆਲੇਕਮ ਕੀ ਹਾਲ ਹੈ ਜੀ ਠੀਕ ਹੋ ਉਮੀਦ ਕਰੀਨਾ ਠੀਕ ਹੋ ਸੋ ਖਰੀਨ ਲਸੋ ਮੈਂ ਹਾਂ ਮਲਕ ਸਵਰ ਅਬਾਸ ਤੇ ਤੁਸਮੇ ਦਾ YouTube ਚੈਨਲ ਇਹਦੇ ਪਿਓ ਅੱਜ ਵੀਡੀਓ ਸ਼ੁਰੂ ਕਰੇ ਨੇ ਪੈ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸੋ ਤਾਂ ਕਿ ਮਜ਼ੀਦ ਮਾਲੂਮਾਤ ਤੇ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ ਤੇ ਅੱਜ ਦੀ ਵੀਡੀਓ ਦਾ ਮੌਜੂਦਾ ਉਹੀ ਹੈ ਕਿ ਦੂ ਦਿਹਾੜੇ ਪਹਿਲੇ ਮੁਸਕਾਨ ਜ਼ਾਹਰਾ ਨੇ ਖੁਦਕੁਸ਼ੀ ਕੀਤੀ ਆਈ ਤੇ ਅੱਲਾਹ ਤਾਲਾ ਉਹਨੂੰ ਜਨਤ ਤੇ ਚਾਲਾ ਮਕਾਮ ਦੇਵੇ ਉਹ ਤੋਂ ਪਹਿਲੇ ਇੱਕ ਮਹੀਨਾ ਯੋਨਸ ਗੁਰਛਾ ਨੇ ਵੀ ਖੁਦਕੁਸ਼ੀ ਕੀਤੀ ਜਿਹੜਾ ਉਹਦਾ ਮੰਗੇਤਾ ਰਾਇ ਤੇ ਹੁਣ ਜਿਹੜਾ ਨਵਾਂ ਬਿਆਨ ਆਉਂਦਾ ਪੇ ਮੁਸਕਾਨ ਜ਼ਾਰਾ ਦਾ ਕੇ ਮੈਨੂੰ ਹੋਰ ਬੰਦਾ ਫੋਨ ਤੇ ਯਾਨੀ ਟੈਨਸ਼ਨ ਦਿੱਤੀ ਹੈ ਕਿ ਜਿਵੇਂ ਤੂੰ ਯੋਨਸ ਨਾਲ ਰਾਹ ਦੀ ਓਵੇਂ ਸਾਡੇ ਨਾਲ ਰਾਹ ਹੈ ਚਾਹੇ ਯੋਨਸ ਦਾ ਮਾਮਾ ਆਈ ਜਾਂ ਜੌਣ ਹੀ ਆਈ ਉਸ ਬਿਆਨ ਦਿੱਤਾ ਹੈ ਫੇ ਉਹ ਮੈਨੂੰ ਬਲੈਕਮੇਲ ਕਰੇਂਦਾਰੇ ਜਿਹੜੀ وجہ ਤੋਂ ਮੈਂ ਖੁਦਕੁਸ਼ੀ ਕੀਤੀ ਤਾਂ ਕਿਸੇ ਨੂੰ ਬਲੈਕਮੇਲ ਨਹੀਂ ਕਰਨਾ ਚਾਹੀਦਾ ਇੱਕ ਬਲੈਕਮੇਲਿੰਗ ਦੀ وجہ ਤੋਂ ਪਰਲਾ ਬੰਦਾ ਆਪਣੀ ਜ਼ਿੰਦਗੀ ਗਵਾਬ ਆਵੇ ਤਲਖ ਲਾਨਾ ਤੇ ਲੋਕਾਂ ਤੇ ਅੱਲਾਹ ਤਾਲਾ ਇਹ ਜੇ ਲੋਕਾਂ ਤੋਂ ਮਾਫੀ ਦੇਵੇ ਜੇ ਲੋਕਾਂ ਦੀ ਸਹਬਤ ਤੋਂ ਮਾਫੀ ਦੇਵੇ ਅਸਲੋਂ ਤਾਂ ਸਾਨੂੰ ਆਪਣੇ ਬੱਚਾਂ ਦਾ ਤਵੱਜਾ ਦੇਵਣੀ ਚਾਹੀਦੀ ਹੈ ਕਿ ਉਹ ਇਹ ਜੇ ਬੰਦਾਂ ਨਾਲ ਰਾਬਤੇ 'ਚ ਨਾ ਆਉਣ ਇਹ ਜੀ ਗੱਲ 'ਚ ਨਾ ਆਉਣ ਜਿਹੜੀ وجہ ਤੇ ਪਿੱਛੇ ਸਾਨੂੰ ਇਹ ਟਾਈਮ ਦੇਖਣਾ ਆਵਣੇ ਤਾਲਲਾ ਤਾਲਾ ਹੁੰਦੇ ਘਰਾਂ ਲਨ ਸਭ ਤੇ ਵੇ ਅੱਜ ਵੀਡੀਓ ਤੇ ਐਂਡ ਕਰੀਨੇ ਇਨਸ਼ਾਅੱਲਾ ਕੱਲ ਨਵੀਂ ਵੀਡੀਓ ਨਾਲ ਮਿਲਸੂ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ